ਆਪਨੇ ਸੁਰਜੀਤ ਸਿੰਘ ਆਪਨੇ ਆਪਨੇ ਸੁਰਜੀਤ ਜੀ ਨੇ ਇਧਰ ਹੋਈ ਇਧਰ ਆ ਲੇਡੀ ਆ ਦੇਖੋ ਸੁਰਜੀਤ ਸਿੰਘ ਨੇ ਉਹਦੀ ਹੋ ਯਾਰ ਤੂੰ ਅੰਦਰ 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 ਤਾਂ ਕਰਨ ਅੰਦਰ ਚੱਲਦਾ ਕੁੰਡਾ 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 ਲਾ ਕੁੰਡਾ ਕੁੰਡਾ ਲਾ ਕੁੰਡਾ ਲਾ ਕੁੰਡਾ ਹੋ ਗਲਾ ਵੱਡਾ ਆ ਲੇਡੀਜ਼ ਖੜੇ ਨੇ ਆ ਵੀ ਲੇਡੀਜ਼ ਖੜੀ ਹੈ ਆ ਆ ਸੁਰਜੀਤ ਸਿੰਘ ਜੀ ਨੇ ਆਪਨੇ ਸੁਰਜੀਤ ਸਿੰਘ ਜੀ ਨੇ ਆਏ ਨੇ ਠੀਕ ਹੈ ਜੀ ਆ ਗਏ ਨੇ ਇਹਨਾਂ ਨੇ ਜਈ ਦੇ ਆਹ ਦੇਖੋ ਹੱਥ ਚੱਕੇ ਇੱਥੇ ਬੈਠੇ ਆਹ ਦੇਖੋ ਤਿੰਨ ਜਨਾਨੀਆਂ ਬੈਠੀਆਂ ਨੇ ਆਹ ਸੁਰਜੀਤ ਸਿੰਘ ਜੀ ਨੇ ਤੇ ਆਪਣੇ ਆਹ ਕੀ ਨਾਮ ਪਤਾ ਨੀ ਆਹ ਸਿਵਲ ਵਰਦੀ ਚ ਆਏ ਨੇ ਇੱਕ ਆ ਗਏ ਨੇ ਆਹ ਦੇਖੋ ਲੇਡੀਜ਼ ਖੜੀ ਇਹਨਾਂ ਨੇ ਹੱਥ ਚੱਕਿਆ ਇਹਨਾਂ ਤੇ ਸੁਰਜੀਤ ਸਿੰਘ ਜੀ ਨੇ ਏ ਸਾਈ ਸੁਰਜੀਤ ਸਿੰਘ ਏਸ ਆਈ ਤਾਂ ਇੱਕ ਵਿਡਾਊਟ ਯੂਨੀਫਾਰਮ ਤੇ ਇੱਕ ਆਹ ਯੂਨੀਫਾਰਮ ਤੋਂ ਬਗੈਰ ਠੀਕ ਹੈ ਜੀ ਇਹ ਬੰਦਿਆਂ ਨੇ ਲੇਡੀਜ਼ ਤੇ ਹੱਥ ਚੱਕਿਆ ਜੀ ਉਹ ਉਹਨੂੰ ਬੁਲਾ ਰਿਹਾ ਲੈ ਆਪਣੇ MLA ਸਾਹਿਬ ਨੂੰ ਲੈ ਕੇ ਜੀ MLA ਸਾਹਿਬ ਦਾ ਘਰ ਹੋ ਰਿਹਾ ਤੇ ਇਹਨਾਂ ਨੇ ਆ ਕੇ ਸੁਰਜੀਤ ਸਿੰਘ ਏਸ ਆਈ ਨੇ ਹੱਥ ਚੱਕਿਆ ਆ ਕੇ ਲੇਡੀਜ਼ ਤੇ ਆ ਇਹਨਾਂ ਨੇ ਮੇਰੀ ਵਾਈਫ ਤੇ ਹੱਥ ਚੱਕਿਆ ਇਹਨਾਂ ਨੇ ਮੇਰੀ ਵਾਈਫ ਤੇ ਹੱਥ ਚੱਕਿਆ ਇੱਕ ਆਹ ਦੇਖੋ ਸੁਰਜੀਤ ਸਿੰਘ ਜੀ ਨੇ ਠੀਕ ਹੈ ਜੀ ਆ ਖੜੀ ਲੇਡੀਜ਼ ਨਹੀਂ ਤੁਹਾਨੂੰ ਦੇਖਿਆ ਉਸ ਕੋ ਛੇੜਤੇ ਆ ਚਲੋ ਕੋਈ ਗੱਲ ਨਹੀਂ ਆ ਰਹੀ ਆਹ ਦੇਖੋ MLA ਦੇ ਗੁਆਂਢੀ ਦੇ ਆ ਕੇ ਇਹਨਾਂ ਨੇ ਹੱਥ ਪਾਇਆ ਰਹੇ ਨੇ ਲੇਡੀਜ਼ ਨੂੰ ਆ ਰਹੀ ਆਪਣੇ ਹੱਥ ਮਾਰਨ ਕੋ ਚੱਕਰ ਨਹੀਂ ਆ ਰਹੀ ਸੁਰਜੀਤ ਸਿੰਘ ਏ ਸਹੀ ਠੀਕ ਹੈ ਜੀ ਆਪਾਂ ਹੁਣੀ ਲਾਡੀ ਗੈਰੀ ਸਾਹਿਬ ਨੂੰ ਬੁਲਾ ਲੈਂਦੇ ਆ ਇੱਥੇ ਬੁਲਾ ਲੈਂਦੇ ਆ ਇਹਨਾਂ ਕੋ ਕੀ ਹੈਗਾ ਲਿਆ ਪਰਚਾ ਖੋਲੋ ਕੀ ਹੈਗਾ ਤੁਹਾਡਾ ਪਰਚਾ ਲਿਆਓ ਜੀ ਪਰਚਾ ਹੈਲੋ ਜੀ ਨਾਮ ਕੀ ਤੁਹਾਡਾ ਸਾਡੇ ਕੋਲ ਦਰਖਾਸਤ ਨਾਮ ਦੱਸੋ ਆਪਣਾ ਐਜ਼ ਏ ਤੁਸੀਂ ਕੀ ਲੱਗੇ ਹੋ ਵਿਦਆਊਟ ਯੂਨੀ ਹਾਂਜੀ ਯੂਨੀਫਾਰਮ ਪਾਈ ਹੋਈ ਆ ਸਾਡੇ ਅਫਸਰ ਹਾਂ ਹਾਂ ਤੁਸੀਂ ਤੁਸੀਂ ਕੀ ਲੱਗੇ ਤੁਸੀਂ ਐਜ਼ ਏ ਤੁਸੀਂ ਇਹਨਾਂ ਨੂੰ ਲੈ ਕੇ ਮੈਨੂੰ ਦਰਖਾਸਤ ਦਿਓ ਕੀ ਲੱਗੇ ਕੋਈ ਨਾ ਤੁਹਾਨੂੰ ਦਰਖਾਸਤ ਨਹੀਂ ਦੇਣੀ ਲਿਆਓ ਠੀਕ ਹੈ ਜੀ ਲਿਆਓ ਬਿਜਲੀ ਬੋਰਡ ਦੇ ਸਰਕਾਰੀ ਕਿਰਨ ਕੁਮਾਰ ਕਿਰਨ ਕੌਰ ਅੱਛਾ ਜੀ ਕਿਰਨ ਪਤਨੀ ਪ੍ਰਵੇਸ਼ ਕੁਮਾਰ ਜੀ ਠੀਕ ਹੈ ਕਹਿੰਦੇ ਨੇ ਇਹ ਜਿਹੜੇ ਨੇ ਤੁਹਾਡੇ ਰੂਪ ਲਾਲ ਜੀ ਇਹ ਉਹਨਾਂ ਦੇ ਸਾਹਮਣੇ ਘਰ ਦੇ ਵਿੱਚ ਉਹਨਾਂ ਦੀਆਂ ਗੰਦੀਆਂ ਹਰਕਤਾਂ ਕਰ ਰਹੇ ਨੇ ਉਹਨਾਂ ਨੇ ਆਨਲਾਈਨ ਦਰਖਾਸਤ ਪਾਈ ਉਹਦੇ ਸਬੰਧ ਵਿੱਚ ਅਸੀਂ ਆਏ ਹਾਂ ਤੁਹਾਨੂੰ ਪਤਾ ਕੇਸ ਕੀ ਹੈ ਜੀ ਇਹਨਾਂ ਨੇ ਇੱਕ ਸਾਲ ਤੋਂ ਕੁੰਡੀ ਪਾਈ ਹੈ ਅਸੀਂ ਇਹਨਾਂ ਦੀ ਆਈ ਕੁੰਡੀ ਫੜੀ ਗਈ ਤਾਂ ਇਹ ਗਲਤ ਗੱਲ ਕਹਿ ਰਹੇ ਨੇ ਹੈਗੇ ਨੇ MLA ਸਾਹਿਬ ਹੈਗੇ ਨੇ ਆ ਜਾ ਚੱਲ ਆ ਵੀ ਆ ਮੇਰੇ ਮਦਰ ਨੇ ਆਪਣੇ ਏ ਸਾਈ ਦੇ ਨਾਲ ਕੀ ਨਾਮ ਸੀ ਬਈ ਤੇਰਾ ਅਸੀਂ ਤੁਹਾਨੂੰ ਰਿਕੁਐਸਟ ਕਰ ਰਹੇ ਆ ਵੀ ਦੇਖੋ ਜਿਹੜੀ ਗੱਲ ਹੈਗੀ ਦਰਖਾਸਤ ਆਈ ਆ ਉਹਦੇ ਸਬੰਧ ਤੁਹਾਨੂੰ ਆਣਾ ਪੈਣਾ ਨਾਮ ਕੀ ਤੁਹਾਡਾ ਯਾਰ ਇੱਕ ਵਾਰੀ ਅਮਨਦੀਪ ਹੈ ਬਾਈ ਅਮਨਦੀਪ ਜੀ ਨੇ ਮੇਰੀ ਮੰਮਾ ਦਾ ਹੱਥ ਫੜਿਆ ਠੀਕ ਹੈ ਲੇਡੀਜ਼ ਹੱਥ ਚੱਕਿਆ ਆ ਖੜੇ ਨੇ ਲੇਡੀਜ਼ ਆ ਖੜੇ ਨੇ ਇੱਕ ਆ ਰਿਹਾ ਇੱਕ ਆ ਸੁਰਜੀਤ ਸਿੰਘ ASI ਠੀਕ ਹੈ ਜੀ ਇੱਕ ਜਨਾਨੀ ਦੇ ਕਹਿਣ ਤੇ ਆ ਗਿਆ ਇਹਨੂੰ ਇੰਨਾ ਨਹੀਂ ਪਤਾ ਇੱਕ ਸਾਲ ਤੋਂ ਨੇ ਕੁੰਡੀ ਲਾਈ ਹੈ ਉਹਦਾ ਸਿਰਫ ਉਹਦੀ ਸਿਰਫ ਉਹਦੀ ਸਿਰਫ ਕੁੰਡੀ ਫੜੀ ਗਈ ਹੈ ਇੱਕ ਸਾਲ ਤੋਂ ਉਹਦੀ ਕੁੰਡੀ ਫੜੀ ਹੱਥ ਫਿਰ ਉਹੀ ਗੱਲ ਹੈ ਤੁਸੀਂ ਫਿਰ ਕਹਿਣ ਦਾ ਮਤਲਬ ਲੇਡੀਜ਼ ਹੱਥ ਕਿਵੇਂ ਚੱਕਿਆ ਤੁਸੀਂ ਚਲੋ ਦੱਸੋ ਆ ਸੁਰਜੀਤ ਸਿੰਘ ਜੀ ਨੇ ਇਹਨਾਂ ਨੇ ਲੇਡੀਜ਼ ਤੇ ਹੱਥ ਚੱਕਿਆ ਠੀਕ ਹੈ ਜੀ ਘਰ ਦੇ ਅੰਦਰ ਆ ਕੇ ਬਿਲਕੁਲ ਹੱਥ ਨਹੀਂ ਚੱਕਿਆ ਦੋ ਬੰਦੇ ਨਾਲ ਲੈ ਕੇ ਆਏ ਨੇ ਪਰ ਇੱਕ ਚੀਜ਼ ਹੈਗੀ ਆ ਦੇਖੋ ਨਹੀਂ ਹੋ ਗਿਆ ਨਾ ਆ ਦੇਖ ਲੈ ਉਹ ਹੈਗੇ ਨੇ ਮੈਨੂੰ ਮੈਂ ਨਹੀਂ ਛੱਡਣਾ ਇਹਨੇ ਮੇਰਾ ਹੱਥ ਤੋੜਦਾ ਇਹਨੂੰ ਨਹੀਂ ਮੈਂ ਛੱਡਣਾ
ਝੂਠ ਨਾ ਬੋਲ ਬਾਈ, ਸਿਵਲ ਵਰਦੀ ਚ ਆ ਕੇ ਤੂੰ ਲੇਡੀਜ਼ ਤੇ ਹੱਥ ਫੜਿਆ, ਮੋਲ ਗੱਲ ਮੋਲ ਲੈ ਕੇ ਯਾਰ ਗਲਤ ਗੱਲ ਬਿਲਕੁਲ ਨਾ ਕਰੋ ਤੁਸੀਂ, ਠੀਕ ਹੈ ਨਾ। ਕੋਈ ਗੱਲ ਨੀ ਕੋਈ ਗੱਲ ਨੀ, ਆਹ ਦੇਖ ਲਓ ਲੇਡੀਜ਼ ਹੈਗੀ ਆ, ਇਹਨਾਂ ਨੂੰ ਸ਼ੂਗਰ ਬੀਪੀ ਸਾਰੀ ਦੀ ਦਿੱਕਤ ਆ, ਮੈਂ ਡਰਾਮੇ ਕਰਦੇ ਪਏ ਨੇ, ਲੇਡੀ ਡਰਾਮੇ ਕਰ ਰਹੀ ਹੈ ਲੇਡੀ, ਚਲੋ ਠੀਕ ਹੈ ਜੀ, ਇਹਨਾਂ ਦਾ ਕਹਿਣ ਦਾ ਮਤਲਬ ਲੇਡੀ ਡਰਾਮੇ ਕਰ ਰਹੀ ਹੈ, ਤੁਹਾਨੂੰ ਮੈਂ ਰਿਪੋਰਟ ਦਿਖਾ ਦਾ, ਬੀਬੀ ਸ਼ੁਕਰ ਦੀ ਮਰੀਜ਼ ਹੈ ਭਰਾਵਾ, ਤੈਨੂੰ ਰਿਪੋਰਟ ਦਿਖਾ ਦਾਂਗਾ, ਠੀਕ ਹੈ ਜੀ, ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਆਹ ਘਰ ਨਹੀਂ, ਇਹਨਾਂ ਦੇ ਕਹਿਣ ਤੇ ਘਰ ਬੰਦ ਹੈ, ਇਹ ਆ ਗਏ ਨੇ ਕਿ ਇੱਕ ਕਿਸੇ ਨੇ ਛੇੜਤਾ, ਉਹ ਦੇਈ ਨੰਬਰ ਕੱਢੀ, ਨੰਬਰ ਕੱਢ ਮੈਂ ਆਪਣੇ ਐਮ ਐਲ ਏ ਸਾਹਿਬ ਨੂੰ ਬੁਲਾਵਾ, ਇੱਥੇ ਬੁਲਾਵਾ, ਪਾਣੀ ਦੇ ਮਾੜਾ, ਕੋਈ ਨੀ ਕੋਈ ਨੀ ਜੀ, ਇੱਕ ਆਹ ਦੇਖੋ ਜੀ ਆਹ ਗੇਟ ਬੰਦ ਹੈ, ਆਹ ਗੇਟ ਬੰਦ ਆ, ਸੁਰਜੀਤ ਜੀ ਆਏ ਨੇ ਇਹਨਾਂ ਦੇ ਇੱਕ ਵਾਰੀ ਕਹਿਣ ਤੇ ਕਿ ਕਿਸੇ ਨੇ ਛੇੜਤਾ, ਇਹ ਕੋਈ ਕੁੜੀ ਹੈ ਛੇੜਤਾ ਉਹਨੂੰ, ਪੰਜਾਹ ਸਾਲ ਦੀ ਜਨਾਨੀ ਹੈ, ਉਹਨੂੰ ਕੌਣ ਛੇੜ ਦੇ, ਹਾਂ ਬਾਈ ਜੀ ਹੱਥ ਤੋੜਿਆ, ਆਹ ਦੇਖੋ ਜੀ ਜਨਾਬ ਨੇ ਹੱਥ ਚੱਕਿਆ, ਆਹ ਲੇਡੀਜ਼ ਤੇ ਹੱਥ ਚੱਕਿਆ, ਆਹ ਸੁਰਜੀਤ ਸਿੰਘ ਏ ਸਾਈ ਨੇ, ਆਹ ਸੁਰਜੀਤ ਸਿੰਘ ਏ ਸਾਈ ਨੇ, ਆਹ ਸੁਰਜੀਤ ਸਿੰਘ ਏ ਸਾਈ ਨੇ ਲੇਡੀਜ਼ ਤੇ ਹੱਥ ਚੱਕਿਆ ਜੀ,